ਦੋਸਤੋ ਲੜਕੀ ਦੀ ਸ਼ਾਦੀ ਹੋਣ ਤੋਂ ਬਾਅਦ ਆਪਾਂ ਨੂੰ ਵੋਟਰ ਕਾਰਡ ਜਿਹੜਾ ਸ਼ਿਫਟ ਕਰਨਾ ਪੈਂਦਾ ਜਿੱਥੇ ਵੀ ਮੈਰਿਜ ਹੋਈ ਹੈ ਲੜਕੀ ਦੀ। ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਕਿ ਆਪਾਂ ਘਰ ਬੈਠੇ ਆਪਣੇ ਮੋਬਾਈਲ 'ਤੇ ਕਿਵੇਂ ਜਿਹੜਾ ਵੋਟਰ ਕਾਰਡ ਨੂੰ ਸ਼ਿਫਟ ਕਰ ਸਕਦੇ ਹਾਂ। ਓਕੇ ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ ਸਭ ਤੋਂ ਪਹਿਲਾਂ ਇਸ ਸਾਈਟ ਉੱਪਰ ਆਪਾਂ ਪਹੁੰਚ ਜਾਂਗੇ, ਇਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਅਤੇ ਜਿਵੇਂ ਹੀ ਆਪਾਂ ਇਸ ਪੇਜ 'ਤੇ ਆਉਂਦਾ ਤਾਂ ਇਹਨਾਂ ਨੇ ਨਵਾਂ ਪੋਰਟਲ ਜਾਰੀ ਕੀਤਾ ਹੋਇਆ ਵੋਟਰ ਪੋਰਟਲ 'ਤੇ, ਬਲੂ ਬਾਕਸ ਵਿੱਚ ਆਪਾਂ ਚੈੱਕ ਕਰ ਸਕਦੇ। ਇਸ 'ਤੇ ਆਪਾਂ ਕਲਿੱਕ ਕਰਾਂਗੇ, 5 ਆਪਸ਼ਨ ਆਪਾਂ ਨੂੰ ਇੱਥੇ ਮਿਲ ਜਾਣਗੇ, ਅਤੇ ਆਪਾਂ ਸ਼ਿਫਟ ਟੂ ਅਦਰ ਪਲੇਸ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਲੈਟ ਸਟਾਰਟ ਨੀਚੇ ਆਪਾਂ ਨੂੰ ਆਪਸ਼ਨ ਮਿਲ ਜਾਂਦਾ, ਇਸ 'ਤੇ ਕਲਿੱਕ ਕਰਾਂਗੇ। ਹੁਣ ਇਹਨਾਂ ਨੇ ਪੁੱਛਿਆ ਹੈ ਡੂ ਯੂ ਹੈਵ ਆਲਰੇਡੀ ਵੋਟਰ ਆਈ ਡੀ ਨੰਬਰ, ਤਾਂ ਯੈਸ 'ਤੇ ਆਪਾਂ ਕਲਿੱਕ ਕਰ ਲਾਂ। ਐਂਡ ਨੀਚੇ ਜਿਹੜੀ ਵੀ ਆਪਣੀ ਵੋਟਰ ਆਈ ਡੀ ਦਾ ਇੱਕ ਨੰਬਰ ਹੁੰਦਾ, ਟੀ ਡੀ ਐੱਚ ਵਗੈਰਾ 4-5 ਅੱਖਰ ਲਿਖੇ ਹੁੰਦੇ ਨੇ, ਆਪਾਂ ਸੇਮ ਇੱਥੇ ਆਪੇ ਫਿਲ ਕਰ ਦਾਂਗੇ। ਪ੍ਰੋਸੀਡ 'ਤੇ ਆਪਾਂ ਕਲਿੱਕ ਕਰਾਂਗੇ। ਹੁਣ ਇੱਥੇ ਆਪਾਂ ਕੌਂਸਟੀਟਿਊਂਸੀ ਚੂਜ਼ ਕਰਾਂਗੇ, ਜੇ ਇਗਜ਼ਾਮਪਲ ਦੇ ਤੌਰ 'ਤੇ ਜਿਵੇਂ ਮੈਰਿਡ ਜੇ ਲੜਕੀ ਦੀ ਜਿੱਥੇ ਤੁਸੀਂ ਰਹਿੰਦੇ ਹੋ ਉਸੀ ਵੋਟਰ ਖੇਤਰ ਵਿੱਚ ਹੋ ਰਹੀ ਹੈ, ਜੇ ਵੋਟਿੰਗ ਖੇਤਰ ਵਿੱਚ, ਤਾਂ ਆਪਾਂ ਸ਼ਿਫਟ ਵਿਦ ਇਨ ਜਿਹੜਾ ਅਸੈਂਬਲੀ ਉੱਤੇ ਕਲਿੱਕ ਕਰ ਲਾਂਗੇ। ਜੇ ਅਦਰ ਕਿਤੇ ਹੋਰ ਵੋਟ ਪੈਂਦੀ ਹੈ, ਮਤਲਬ ਕਿ ਕੋਈ ਹੋਰ ਅਸੈਂਬਲੀ ਵਿੱਚ ਜਾਂ ਕੋਈ ਹੋਰ ਕੌਂਸਟੀਟਿਊਸ਼ਨ ਵਿੱਚ, ਤਾਂ ਆਪਾਂ ਇੱਥੇ ਕਲਿੱਕ ਕਰ ਲਾਂਗੇ। ਉਸ ਤੋਂ ਆਪਾਂ ਨੂੰ ਇੱਥੇ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਹੋਵੇਗਾ। ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਓ ਟੀ ਪੀ ਆਵੇਗਾ, ਅਤੇ ਆਪਾਂ ਨੂੰ ਇੱਥੇ ਉਹ ਫਿਲ ਕਰਨਾ ਪਵੇਗਾ। ਫਿਲ ਕਰਨ ਤੋਂ ਬਾਅਦ ਆਪਾਂ ਵੈਰੀਫਾਈ 'ਤੇ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਜਿਸਦਾ ਵੀ ਆਪਾਂ ਜਿਹੜਾ ਵੋਟਰ ਕਾਰਡ ਸ਼ਿਫਟ ਕਰਨਾ, ਉਹ ਐਡਰੈਸ ਆਪਾਂ ਨੂੰ ਇੱਥੇ ਫਿਲ ਕਰਨਾ ਪੂਰਾ, ਅਤੇ ਕੌਂਸਟੀਟਿਊਂਸੀ ਚੂਜ਼ ਕਰਨੀ ਆ। ਇੱਕ ਤਾਂ ਆਪਾਂ ਸਿੱਧਾ ਮੈਪ ਵਿੱਚੋਂ ਇੱਥੇ ਚੂਜ਼ ਕਰ ਸਕਦੇ ਹਾਂ, ਸਿੱਧਾ ਆਪਾਂ ਮੈਪ 'ਤੇ ਕਲਿੱਕ ਕਰਕੇ ਉੱਥੇ ਆਪਾਂ ਕਲਿੱਕ ਕਰ ਦਾਂਗੇ ਵੀ ਇਹ ਕੌਂਸਟੀਟਿਊਂਸੀ ਹੈ, ਇੱਥੇ ਜਿੱਥੇ ਮਰਜ਼ੀ ਆਪਾਂ ਪੰਜਾਬ 'ਚ ਲੱਭ ਲਾਂਗੇ ਇੱਥੇ ਮੈਪ 'ਚ, ਜਾਂ ਆਪਾਂ ਸਿੱਧਾ ਇੱਥੇ ਸਟੇਟ ਸਿਲੈਕਟ ਕਰਕੇ ਪੰਜਾਬ ਸਿਲੈਕਟ ਕਰ ਲੈਂਦੇ ਹਾਂ ਪਹਿਲਾਂ, ਅਤੇ ਇਸ ਤੋਂ ਬਾਅਦ ਡਿਸਟ੍ਰਿਕਟ ਸਿਲੈਕਟ ਕਰ ਲਾਂਗੇ ਇੱਥੇ, ਅਤੇ ਆਪਣੀ ਅਸੈਂਬਲੀ ਜਿਹੜੀ ਵੀ ਆਪਣੇ ਨੇੜੇ ਦੀ ਅਸੈਂਬਲੀ ਪੈਂਦੀ ਡਿਸਟ੍ਰਿਕਟ ਤੋਂ ਬਾਅਦ। ਇਗਜ਼ਾਮਪਲ ਦੇ ਤੌਰ 'ਤੇ ਮੇਰੀ ਬਠਿੰਡਾ ਏਰੀਆ ਜਿਵੇਂ, ਅਤੇ ਮੈਂ ਇੱਥੇ ਬਠਿੰਡਾ ਸਿਲੈਕਟ ਕਰ ਲੈਂਦਾ, ਅਤੇ ਅਸੈਂਬਲੀ ਦੀ ਲਿਸਟ ਜਿੰਨੀ ਵੀ ਅਸੈਂਬਲੀਆਂ ਖੁੱਲ੍ਹ ਜਾਣਗੀਆਂ, ਅਤੇ ਮੇਰੀ ਜਿਹੜੀ ਅਸੈਂਬਲੀ ਪੈਂਦੀ ਉਹ ਮੰਡੀ ਸਾਹਿਬ ਉਹ ਪੈਂਦੀ ਹੈ। ਇਸ ਤੋਂ ਬਾਅਦ ਆਪਾਂ ਨੂੰ ਇੱਕ ਜਿਹੜਾ ਐਡਰੈਸ ਪਰੂਫ ਦਾ ਡਾਕੂਮੈਂਟ ਲਗਾਉਣਾ, ਇਹਨਾਂ ਵਿੱਚੋਂ ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਇਨਕਮ ਸਰਟੀਫਿਕੇਟ, ਜੋ ਵੀ ਤੁਹਾਡੇ ਕੋਲ ਇਹਨਾਂ ਵਿੱਚ ਆਪਾਂ ਸਿਲੈਕਟ ਕਰ ਲਾਂ। ਇਗਜ਼ਾਮਪਲ ਦੇ ਤੌਰ 'ਤੇ ਮੈਂ ਬੈਂਕ ਅਕਾਊਂਟ ਦੀ ਜਿਹੜੀ ਇੱਕ ਸਿਲੈਕਟ ਕਰ ਲੈਣਾ। ਹੁਣ ਕਰਨਾ ਕੀ, ਆਪਾਂ ਇੱਥੇ ਜਿਹੜਾ ਬੈਂਕ ਅਕਾਊਂਟ ਦਾ ਆਪਾਂ ਜਿਹੜਾ ਜਾਂ ਤਾਂ ਨੰਬਰ ਭਰਨਾ, ਜਾਂ ਆਪਾਂ ਇੱਥੇ ਅਪਲੋਡ 'ਤੇ ਕਲਿੱਕ ਕਰਕੇ ਬੈਂਕ ਅਕਾਊਂਟ ਦੀ ਆਪਾਂ ਮੇਨ ਪੇਜ ਦੀ ਜਿਹੜੀ ਫੋਟੋ ਖਿੱਚ ਕੇ ਅਪਲੋਡ ਕਰ ਦੇਣੀ ਹੈ। ਅਪਲੋਡ ਕਰਨ ਕੇ ਬਾਅਦ ਹਮੇਂ ਸੇਵ ਐਂਡ ਕੰਟੀਨਿਊ ਉੱਪਰ ਕਲਿੱਕ ਕਰ ਦੇਣਾ। ਆਪਾਂ ਡੇਟ ਆਫ ਬਰਥ ਆਪਣੀ ਚੂਜ਼ ਕਰਨੀ ਆ, ਅਤੇ ਇੱਕ ਜਿਹੜਾ ਕਿ ਡੇਟ ਆਫ ਬਰਥ ਨਾਲ ਸੰਬੰਧਿਤ ਪਰੂਫ ਆਪਾਂ ਨੂੰ ਇੱਥੋਂ ਸਿਲੈਕਟ ਕਰ ਲੈਣਾ, ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਮਾਰਕਸ਼ੀਟ 10ਵੀਂ ਦੀ, ਜੋ ਵੀ ਤੁਹਾਡੇ ਕੋਲ ਹੈ ਆਪਾਂ ਇੱਥੇ ਸਿਲੈਕਟ ਕਰ ਲਾਂਗੇ, ਅਤੇ ਉਹਦੀ ਫੋਟੋ ਖਿੱਚ ਕੇ ਸੇਮ ਪ੍ਰੋਸੈਸ ਕਰਨਾ, ਇੱਥੇ ਆਪਾਂ ਸਿਲੈਕਟ ਫਾਈਲ ਕਰਨੀ ਅਤੇ ਅਪਲੋਡ ਕਰ ਦੇਣਾ। ਆਪਾਂ ਸੇਵ ਐਂਡ ਕੰਟੀਨਿਊਸ 'ਤੇ ਕਲਿੱਕ ਕਰਾਂਗੇ। ਇਸ ਤੋਂ ਬਾਅਦ ਜਿਹੜੇ ਵੀ ਤੁਸੀਂ ਫੋਟੋ ਅਪਲੋਡ ਕਰਨਾ ਚਾਹੁੰਦੇ ਹੋ ਆਪਣੇ ਵੋਟਰ ਕਾਰਡ 'ਤੇ ਲਵਾਉਣਾ ਚਾਹੁੰਦੇ ਹੋ, ਉਸ 'ਤੇ ਇੱਥੇ ਆਪਾਂ ਕਲਿੱਕ ਕਰ ਲਾਂਗੇ। ਅਪਲੋਡ ਕਰਨ ਤੋਂ ਬਾਅਦ ਜੇ ਤੁਹਾਡੇ ਵਿੱਚ ਕੋਈ ਫਿਜ਼ੀਕਲ ਡਿਸੇਬਿਲਿਟੀ ਹੈ, ਤਾਂ ਆਪਾਂ ਇੱਥੇ ਸਿਲੈਕਟ ਕਰ ਲਾਂਗੇ ਅਤੇ ਸੇਵ ਐਂਡ ਕੰਟੀਨਿਊਸ 'ਤੇ ਆਪਾਂ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਆਈ ਐਕਸੈਪਟ 'ਤੇ ਕਲਿੱਕ ਕਰਕੇ ਸੇਵ ਐਂਡ ਕੰਟੀਨਿਊਸ 'ਤੇ ਕਲਿੱਕ ਕਰਾਂਗੇ। ਵੋਟਰ ਕਾਰਡ ਸ਼ਿਫਟ ਕਰਨ ਵਾਸਤੇ ਜਿਹੜੀ ਵੀ ਥਾਂ ਤੋਂ ਆਪਾਂ ਅਪਲਾਈ ਕਰ ਰਹੇ ਹਾਂ, ਉਸ ਆਪਾਂ ਪਲੇਸ ਦਾ ਨਾਮ ਲਿਖ ਲਾਂਗੇ। ਜਿਵੇਂ ਮੈਂ ਅੱਜ ਮੋੜ ਤੋਂ ਅਪਲਾਈ ਕਰ ਰਿਹਾ, ਤਾਂ ਮੈਂ ਇੱਥੇ ਮੋੜ ਦਾ ਨਾਮ ਲਿਖ ਲਿਆ, ਅਤੇ ਸੇਵ ਐਂਡ ਕੰਟੀਨਿਊਸ 'ਤੇ ਆਪਾਂ ਕਲਿੱਕ ਕਰ ਲਾਂਗੇ। ਹੁਣ ਦੋਸਤੋ, ਜੋ ਵੀ ਡਿਟੇਲ ਤੁਸੀਂ ਭਰੀ ਆ, ਉਸਦਾ ਇੱਕ ਫੋਰਮ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ। ਜੇ ਕੋਈ ਗਲਤੀ ਹੋ ਜਾਂਦੀ ਹੈ ਫੋਰਮ ਵਿੱਚ, ਤਾਂ ਤੁਸੀਂ ਇੱਥੇ ਐਡਿਟ ਵੀ ਕਰ ਸਕਦੇ ਹੋ। ਜੇ ਸਭ ਕੁਝ ਸਹੀ ਹੈ, ਤਾਂ ਆਪਾਂ ਸਬਮਿਟ 'ਤੇ ਆਪਾਂ ਕਲਿੱਕ ਕਰ ਦਾਂਗੇ, ਅਤੇ ਸਬਮਿਟ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਵੇ, ਕੰਗਰੈਚੁਲੇਸ਼ਨ, ਯੂ ਹੈਵ ਸਕਸੈਸਫੁਲ ਸਬਮਿਟਡ ਯੂਰ ਐਪਲੀਕੇਸ਼ਨ। ਇਸ ਤੋਂ ਬਾਅਦ ਆਪਾਂ ਜਾਂ ਇੱਥੇ ਇੱਕ ਰੀਫਰੈਂਸ ਆਈ ਡੀ ਹੁੰਦੀ, ਇਸ ਨੂੰ ਕਾਪੀ ਕਰ ਲਾਂਗੇ ਜਾਂ ਇਸਦਾ ਸਕਰੀਨਸ਼ੋਟ ਲੈ ਲਾਂਗੇ, ਅਤੇ ਇਸ ਰੀਫਰੈਂਸ ਆਈ ਡੀ ਦੇ ਥਰੂ ਆਪਾਂ ਟਰੈਕ ਕਰ ਸਕਦੇ ਹਾਂ ਵੀ ਮੇਰਾ ਵੋਟਰ ਕਾਰਡ ਆ ਉਹ ਹਲੇ ਕਿਹੜੀ ਪ੍ਰੋਸੈਸ ਚੱਲੀ ਜਾਂਦਾ, ਕਿੱਥੇ ਪਹੁੰਚਿਆ ਉਹ ਪੂਰਾ ਆਪਾਂ ਚੈੱਕ ਕਰ ਸਕਦੇ ਹਾਂ। ਤੁਹਾਡਾ ਵੋਟਰ ਕਾਰਡ ਬਾਏ ਪੋਸਟ ਤੁਹਾਡੇ ਘਰ ਪਹੁੰਚਾ ਦਿੱਤਾ ਜਾਂਦਾ, ਅਤੇ ਇਸ ਪੂਰਾ ਡੂਰੇਸ਼ਨ ਦੀ ਗੱਲ ਕਰੀਏ, ਪੂਰੇ ਟਾਈਮਿੰਗ ਦੀ ਗੱਲ ਕਰੀਏ, ਕਿ 3 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਕਿ ਤੁਹਾਡਾ ਵੋਟਰ ਕਾਰਡ ਫ੍ਰੀ ਆਫ ਕੋਸਟ ਜਿਹੜਾ ਤੁਹਾਡਾ ਘਰੇ ਡਿਲੀਵਰ ਕਰ ਦਿੱਤਾ ਜਾਂਦਾ। ਓਕੇ ਦੋਸਤੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਪੋਰਟ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਅਤੇ ਸ਼ੇਅਰ ਜ਼ਰੂਰ ਕਰ ਲਓ।